ਸਾਡਾ ਮੇਨ ਪਰਪਸ ਹੁਣ ਇਹੀ ਹੈ ਕਿ ਆਪਾਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ, ਸਾਨੂੰ ਸਿਰਫ ਇਹੀ ਹੈ ਕਿ ਆਪਾਂ ਬੱਚੇ ਨੂੰ ਜਿੰਨਾ ਉਹ ਹੋ ਸਕੇ ਉਹਨੂੰ ਸੇਫਲੀ ਕੱਢਿਆ ਜਾ ਸਕੇ, ਤੇ ਮਿਨੀਮਮ ਟਾਈਮ ਜਿੰਨਾ ਅਸੀਂ ਹੁਣ ਉਹ ਹੋਰ ਕਰ ਸਕਦੇ ਹਾਂ, ਕਿਉਂਕਿ ਆਲਰੇਡੀ ਇਹਨੇ 24 ਆਵਰਸ ਹੋ ਚੁੱਕੇ। ਸਾਨੂੰ ਲੱਗ ਰਿਹਾ ਸੀ ਕਿ ਆਪਾਂ ਜੇ ਜ਼ਿਆਦਾ ਉਹ ਕਰਦੇ ਹਾਂ ਤਾਂ ਬੱਚੇ ਦੇ ਕੋਈ ਪਾਰਟ 'ਤੇ ਕੋਈ ਇਫੈਕਟ ਨਾ ਹੋ ਜਾਏ, ਤਾਂ ਕਰਕੇ ਸਾਨੂੰ ਇਹ ਸਾਈਡ 'ਤੇ ਬੋਰ ਵਗੈਰਾ ਉਹ ਕਰਵਾ ਕੇ ਆਪਾਂ ਪੈਰਲਰ ਉਹ ਬੱਚੇ ਨੂੰ ਉੱਥੋਂ ਉਹ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਸੇ ਜਿਸੇ ਗਹਿਰਾਈ ਮੈਂ ਜਾਤੇ ਹੈ ਵੈਸੇ ਵੈਸੇ ਆਕਸੀਜਨ ਕੀ ਕਮੀ ਵੀ ਹੋਤੀ ਹੈ ਔਰ ਕੰਮ ਮੇਂ ਵੀ ਥਕਾਵਟ ਆਤੀ ਹੈ, ਤੋ ਜਹਾਂ ਤੱਕ ਮੈਂ ਸੋਚਤਾ ਹੂੰ ਯਹਾਂ 5 ਘੰਟੇ ਵੀ ਲੱਗ ਸਕਤੇ ਹੈਂ ਔਰ 8 ਘੰਟੇ ਵੀ ਲੱਗ ਸਕਤੇ ਹੈਂ, ਕਮ ਵੀ ਲੱਗ ਸਕਤੇ ਹੈਂ ਉਸਸੇ ਜ਼ਿਆਦਾ ਵੀ ਲੱਗ ਸਕਤੇ ਹੈਂ।